ਅਗਲੀ ਖਬਰ ਲੁਧਿਆਣੇ ਤੋਂ ਹੈ ਜਿੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਉਦੋਂ ਹੰਗਾਮਾ ਮਚ ਗਿਆ ਜਦੋਂ ਬੁਢਾਪਾ ਪੈਨਸ਼ਨ ਦੀ ਮੰਗ ਕਰ ਰਹੇ ਸੀ ਕਾਂਗਰਸੀ ਆਗੂ। ਕਾਂਗਰਸ ਵਰਕਰ ਪਹੁੰਚੇ ਤਾਂ ਸ਼ਾਂਤਮਈ ਬੁਢਾਪਾ ਪੈਨਸ਼ਨ ਦੀ ਮੰਗ ਰੱਖਣ ਦੇ ਲਈ ਸੀ, ਪਰ ਕਾਂਗਰਸੀ ਵਰਕਰਾਂ ਤੇ ਪੁਲਿਸ ਦੇ ਵਿਚਾਲੇ ਦੇਖਦੇ ਹੀ ਦੇਖਦਿਆਂ ਸਥਿਤੀ ਕਾਫੀ ਖਰਾਬ ਹੋ ਗਈ ਅਤੇ ਪੁਲਿਸ ਨੂੰ ਹਲਕਾ ਲਾਠੀ ਚਾਰਜ ਵੀ ਕਰਨਾ ਪਿਆ। ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਵੀ ਹੋਈ, ਪਰ ਕਾਂਗਰਸੀ ਆਗੂ ਜ਼ੋਰਦਾਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ। ਕਾਂਗਰਸ ਆਗੂਆਂ ਨੇ ਹਰ ਫਰੰਟ ਤੇ ਅਕਾਲੀ ਭਾਜਪਾ ਸਰਕਾਰ ਨੂੰ ਫੇਲ ਦੱਸਿਆ ਤੇ ਕਿਹਾ ਕਿ 2017 'ਚ ਸਰਕਾਰ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪਏਗਾ। ਸਭ ਤੋਂ ਮਾੜੀ ਗੱਲ ਇਹ, ਅਸੀਂ ਹੱਲੇ ਵੀ ਪੰਜ ਜਣੇ ਖੜੇ ਆਰਾਮ ਨਾਲ ਲੋਕਤੰਤਰ ਦੇ ਵਿੱਚ, ਹੱਲੇ ਵੀ ਆਰਾਮ ਨਾਲ ਡੀਸੀ ਸਾਹਿਬ ਕੋਲ ਜਾਵਾਂਗੇ, ਪਰ ਸਾਨੂੰ ਕੋਈ ਡੀਸੀ ਸਾਹਿਬ ਨੂੰ ਮਿਲਣਾ ਤੰਤਰ ਵਿੱਚ ਹਰੇਕ ਨੂੰ ਆਵਾਜ਼ ਆਪਦੀ ਗੱਲ ਕਹਿਣ ਦਾ ਹੱਕ ਆ, ਪਰ ਇਹ ਪੁਲਿਸ ਨਜਾਇਜ਼ ਕਰ ਰਹੀ ਆ, ਡਾਂਗਾ ਮਾਰੀਆਂ। ਅਸੀਂ ਤਾਂ ਮੈਮੋਰੈਂਡਮ ਦੇਣਾ ਸੀ ਡੀਸੀ ਸਾਹਿਬ ਨੂੰ, ਉੱਥੇ ਵੀ ਰੋਕਿਆ ਗਿਆ, ਫਿਰ ਆਵਾਜ਼ ਸੁਣੂਗਾ ਕੌਣ ਸਾਡੀ ਯੂਥ ਦੀ, ਕੌਣ ਸੁਣੂਗਾ। ਤਾਂ ਹੀ ਤਾਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਹ ਕੁਛ ਹੋ ਰਿਹਾ, ਉੱਥੇ ਵੀ ਵਿਦਿਆਰਥੀਆਂ ਨਾਲ ਧੱਕਾ ਕੀਤਾ ਜਾ ਰਿਹਾ, ਸਟੂਡੈਂਟਾਂ ਨਾਲ, ਇੱਥੇ ਆਪ ਯੂਥ ਕਾਂਗਰਸ ਦੇ ਵਰਕਰਾਂ ਨਾਲ ਧੱਕਾ ਕੀਤਾ ਜਾ ਰਿਹਾ। ਇਹਦਾ ਕੌਣ ਜ਼ਿੰਮੇਵਾਰ ਹੈ? ਇਹਦਾ ਬਾਦਲ ਸਰਕਾਰ ਜ਼ਿੰਮੇਵਾਰ ਹੈ।